ਖਬਰਾਂ ਵਿੱਚੋਂ ਖਬਰ ਸੁਣੀ ਦੀ ਖਬਰ ਦੇ ਵਿੱਚ ਇੱਕ ਸ਼ੇਰ ਇਹ ਸ਼ੇਰ ਦੀ ਦਾਵੇਦਾਰੀ ਨੇ ਥਾ ਥਾ ਪਾਏ ਵਹਿਰ ਇੱਕੋ ਧਰਤ ਦੇ ਜਾਏ ਨੇ ਅੱਜ ਬਣ ਬਣ ਬੈਂਦੇ ਗੈਰ ਇਸ ਸਰੋ ਕਪਾਦੀ ਮਿੱਟੀ ਵਿੱਚ ਕੀਨੇ ਬੀਜਿਆ ਜ਼ਹਿਰ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਸਾਡੀ ਪ੍ਰੋਗਰਾਮ ਖਬਰਾਂ ਵਿੱਚੋਂ ਖਬਰ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਮੌਜੂਦ ਨੇ ਅਮਨਦੀਪ ਸਿੰਘ ਪਾਪੀ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਸਰ ਬਹੁਤ ਵਧੀਆ ਜੀ ਬਹੁਤ ਵਧੀਆ ਸਰ ਚੰਡੀਗੜ੍ਹ ਦੀ ਦਾਵੇਦਾਰੀ ਦਾ ਮੁੱਦਾ ਕਾਫੀ ਸਰਗਰਮ ਹੈ ਲੈ ਕੇ ਕੱਲ ਨਵਜੋਤ ਸਿੰਘ ਸਿੱਧੂ ਨੇ ਵੀ ਬਿਆਨ ਦਿੱਤਾ ਕਿ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੂਗਾ ਇਸ ਦੇ ਨਾਲ ਹੀ ਹਰਿਆਣਾ ਗਵਰਨਮੈਂਟ ਵੀ ਮੇਰੇ ਖਿਆਲ ਅੱਜ ਸਪੈਸ਼ਲ ਸੈਸ਼ਨ ਕਰੇਗਾ ਅਸੈਂਬਲੀ ਦਾ ਪੰਜਾਬ ਦੇ ਕਲੇਮ ਨੂੰ ਲੈ ਕੇ ਇਹ ਮੁੱਦਾ ਮਾਕੇ ਹੀ ਇੰਨਾ ਅਹਿਮ ਹੈ ਇਹ ਬਣਾਇਆ ਜਾ ਰਿਹਾ ਮੈਨੂੰ ਲੱਗਦਾ ਹੈ ਕਿ ਬਣਾਇਆ ਜਾ ਰਿਹਾ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਪੰਜਾਬ ਦਾ ਰਹੂਗਾ ਤੇ ਮੈਂ ਕਹਿੰਦਾ ਹਰਿਆਣਾ ਵੀ ਪੰਜਾਬ ਦਾ ਹੀ ਆ ਹਿਮਾਚਲ ਵੀ ਪੰਜਾਬ ਦਾ ਹੀ ਆ ਤੇ ਪੰਜਾਬ ਵੀ ਦੇਸ਼ ਦਾ ਹੀ ਆ ਤੇ ਚੰਡੀਗੜ੍ਹ ਵੀ ਦੇਸ਼ ਦਾ ਹੀ ਆ ਜੇ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਦੇਖੀਏ ਤਾਂ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ ਸਾਰੇ ਇੱਕੋ ਜਗ੍ਹਾ ਦੇ ਆ ਇੱਕੋ ਥਾਂ ਦੇ ਆ ਇੱਕੋ ਦੇਸ਼ ਦੇ ਆ ਉੱਥੋਂ ਦੇ ਲੋਕ ਵੀ ਇੱਕੋ ਜਿਹੇ ਆ ਉੱਥੋਂ ਦਾ ਕਲਚਰ ਵੀ ਇੱਕੋ ਜਿਹਾ ਕੋਈ ਥੋੜਾ ਬਹੁਤਾ ਭਾਸ਼ਾ ਦਾ ਫਰਕ ਪੈਂਦਾ ਹਰ 15 20 ਕਿਲੋਮੀਟਰ ਤੇ ਜਾ ਕੇ ਭਾਸ਼ਾ ਦਾ ਫਰਕ ਪੈਂਦਾ ਤੇ ਉਹ ਭਾਸ਼ਾ ਦਾ ਫਰਕ ਪੈਂਦਾ ਬੋਲੀ ਦਾ ਫਰਕ ਪੈਂਦਾ ਉਸ ਤੋਂ ਇਲਾਵਾ ਕੁਝ ਵੀ ਨਹੀਂ ਆ ਸਭ ਲੋਕ ਇੱਕੋ ਜਿਹੇ ਆ ਇਹ ਜਿਹੜਾ ਜ਼ਮੀਨ ਦੀ ਵੰਡ ਨੂੰ ਲੈ ਕੇ ਮੁੱਦੇ ਬਣਾਏ ਜਾਂਦੇ ਆ ਇਹ ਲੋਕਾਂ ਨੂੰ ਮੈਨੂੰ ਲੱਗਦਾ ਕਿ ਅਸਲ ਮੁੱਦਿਆਂ ਤੋਂ ਪੁਟਕਾਉਣ ਦੇ ਲਈ ਬਣਾਏ ਜਾਂਦੇ ਆ ਸਰ ਜਿਹੜੇ ਲੋਕ ਦਾਵਾ ਕਰ ਰਹੇ ਨੇ ਕਿ ਪੰਜਾਬ ਦੇ ਪਿੰਡਾਂ ਚੋਂ ਇਹ ਚੰਡੀਗੜ੍ਹ ਬਣਿਆ ਡਾ ਨੂੰ ਹਟਾ ਕੇ ਉਹ ਦਾਵਾ ਕਰ ਰਹੇ ਨੇ ਵੀ ਚੰਡੀਗੜ੍ਹ 'ਚ ਜ਼ਿਆਦਾ ਹੱਕ ਪੰਜਾਬ ਦਾ ਹੈ ਉਹਨਾਂ ਬਾਰੇ ਕੀ ਕਹਿਣਾ ਦੇਖੋ ਜੀ ਇਸ ਗੱਲ ਨੂੰ ਲੈ ਕੇ ਜੇ ਚੱਲੀਏ ਤਾਂ ਪੰਜਾਬ ਦੇ ਪਿੰਡ ਸੀ ਜਿਹੜੇ ਹਰਿਆਣਾ ਦੇ ਵਿੱਚ ਆ ਉਹੀ ਪਿੰਡ ਚੰਡੀਗੜ੍ਹ ਦੇ ਵਿੱਚ ਵੀ ਸੀਗੇ ਤੇ ਉਹ ਹਰਿਆਣਾ ਦੇ ਵਿੱਚ ਵੀ ਆ ਕੁਝ ਪੰਜਾਬ ਦੇ ਪਿੰਡ ਹਿਮਾਚਲ ਦੇ ਵਿੱਚ ਵੀ ਆ ਤਾਂ ਉਹਨਾਂ ਸਾਰਿਆਂ ਨੂੰ ਅਸੀਂ ਵਾਪਸ ਥੋੜੀ ਲਿਆਵਾਂਗੇ ਇਹ ਤਾਂ ਜੇ ਫਿਰ ਐਵੇਂ ਹੀ ਗੱਲ ਕਰਨੀ ਆ ਤਾਂ ਮੈਂ ਕਹੂੰਗਾ ਲਾਹੌਰ ਵੀ ਪੰਜਾਬ ਚ ਸੀਗਾ 라ਵਲਪਿੰਡੀ ਵੀ ਪੰਜਾਬ ਚ ਸੀਗਾ ਉਹਨੂੰ ਵੀ ਅਸੀਂ ਵਾਪਸ ਲਿਆ ਜੀ ਜੇ ਕਿਤੇ ਇਤਿਹਾਸ ਦੇ ਵਿੱਚ ਵੰਡ ਹੋਈ ਹੈ ਕਿਸੇ ਕਾਰਨ ਤਾਂ ਹੋਈ ਹੋਊਗੀ ਕੋਈ ਤਾਂ ਕਾਰਨ ਉਹਦਾ ਰਿਹਾ ਹੋਊਗਾ ਤੇ ਜੇ ਉਸ ਕਾਰਨ ਨੂੰ ਅਸੀਂ ਦੇਖੀਏ ਤੇ ਜੇਕਰ ਪੁਰਾਣੇ ਰਾਜਨੀਤਿਕ ਫੈਸਲਿਆਂ ਨੂੰ ਅਸੀਂ ਦੇਖੀਏ ਤੇ ਉਹਨਾਂ ਨੂੰ ਸਮਝ ਕੇ ਅਸੀਂ ਅੱਗੇ ਚੱਲੀਏ ਤਾਂ ਉਹ ਜ਼ਿਆਦਾ ਵਧੀਆ ਰਹੂਗਾ ਜੇ ਐਮਪਲॉयਰਸ ਦੀ ਗੱਲ ਕਰੀਏ ਉਹ ਐਡੀਸ਼ਨਲ ਬੈਨੀਫਿਟਸ ਇੰਜੋਏ ਕਰ ਸਕਦੇ ਆਉਣ ਵਾਲੇ ਟਾਈਮ 'ਚ ਨਾ ਬਿਲਕੁਲ ਪਰ ਰਾਜਨੀਤਿਕ ਦਲ ਨੇ ਉਹ ਰਾਜਨੀਤੀ ਖੇਲ ਰਹੇ ਨੇ ਇਸ ਮੁੱਦੇ ਨੂੰ ਲੈ ਕੇ ਇਹਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ ਵਜ੍ਹਾ ਸਾਫ ਹੈ ਜੀ ਕਿ ਪੰਜਾਬ ਦੇ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਹਟਾਇਆ ਜਾਵੇ ਪੰਜਾਬ ਦੇ ਵਿੱਚ ਡਰੱਗ ਦਾ ਮੁੱਦਾ ਬਹੁਤ ਵੱਡਾ ਹੈ ਡਰੱਗ ਦੀ ਸਮੱਸਿਆ ਬਹੁਤ ਵੱਡੀ ਹੈ ਜਿਹਦਾ ਹੱਲ ਹੋਣਾ ਚਾਹੀਦਾ ਹੈ ਉਹਦੇ ਇਲਾਵਾ ਬੇਰੋਜ਼ਗਾਰੀ ਹੈ ਉਹਦੇ ਇਲਾਵਾ ਸਿੱਖਿਆ ਹੈ ਸਿਹਤ ਹੈ ਇਹਨਾਂ ਮੁੱਦਿਆਂ ਤੇ ਗੱਲ ਨਾ ਕਰਕੇ ਸਿਰਫ ਇਸ ਮੁੱਦੇ ਤੇ ਸਰਕਾਰ ਨੂੰ ਘੇਰਨਾ ਤੇ ਕੇਂਦਰ ਨਾਲ ਕਨਫਲਿਕਟ ਬਣਾਉਣਾ ਤੇ ਗਵਾਂਡੀ ਸੂਬੇ ਹਰਿਆਣਾ ਦੇ ਨਾਲ ਕਨਫਲਿਕਟ ਬਣਾਉਣਾ ਇਹ ਇੱਕ ਰਾਜਨੀਤੀ ਦਾ ਹਿੱਸਾ ਹੈ ਤੇ ਇਸ ਗੰਦੀ ਰਾਜਨੀਤੀ ਨੂੰ ਨਹੀਂ ਹੋਣਾ ਚਾਹੀਦਾ ਹਕੀਕੀ ਮੁੱਦਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਜਿਹੜਾ ਐਲਾਨ ਕੀਤਾ ਹੈ ਕਿ ਵਿਆਵਾਂ ਸ਼ਾਦੀਆਂ ਦੇ ਵਿੱਚ ਹੁਣ ਡੀਜੇ ਵਾਲੇ बाबू ਮੇਰਾ गाना ਚਲਾ ਦੇ ਨਹੀਂ ਚੱਲੂਗਾ ਜਿਹੜੇ ਅਸ਼ਲੀਲ ਗਾਣੇ ਨੇ ਜਾਂ ਜੀ ਹਥਿਆਰ ਪ੍ਰਮੋਟ ਕਰ ਰਹੇ ਨੇ ਉਹਨੂੰ ਬੰਦ ਕੀਤਾ ਜਾਵੇ ਬਿਲਕੁਲ ਇਹ ਇਨਸਟਰਕਸ਼ਨ ਇਹ ਅੱਜ ਦੀ ਨਹੀਂ ਹੈ ਇਹ ਪੁਰਾਣੀ ਇਨਸਟਰਕਸ਼ਨ ਹੈ ਪਹਿਲਾਂ ਵੀ ਇਨਸਟਰਕਸ਼ਨ ਇਹ ਹੋਈ ਸੀ ਇਸ ਤੋਂ ਇਲਾਵਾ ਵੀ ਕਈ ਇਨਸਟਰਕਸ਼ਨਸ ਐ ਹੋਣੀਆਂ ਹੁੰਦੀਆਂ ਜਿਹੜੀਆਂ ਲਾਗੂ ਨਹੀਂ ਹੁੰਦੀਆਂ ਜ਼ਮੀਨੀ ਪੱਧਰ ਤੇ ਹੁੰਦਾ ਕੀ ਹੈ ਕਿ ਡਿਪਾਰਟਮੈਂਟ ਵੱਲੋਂ ਇਨਸਟਰਕਸ਼ਨ ਜਾਰੀ ਕਰ ਦਿੱਤੀ ਜਾਂਦੀ ਹੈ ਲਿਖਤ ਦੇ ਵਿੱਚ ਜਾਰੀ ਹੁੰਦੀ ਹੈ ਤੇ ਸਾਰੇ ਪਾਸੇ ਫਿਰ ਸਾਰੇ ਨਿਊਜ਼ ਚੈਨਲ ਸਾਰੇ ਅਖਬਾਰ ਛਾਪਦੇ ਆ ਉਹਨੂੰ ਤੇ ਇਹ ਦੱਸਿਆ ਜਾਂਦਾ ਹੈ ਕਿ ਅੱਜ ਤੋਂ ਬਾਅਦ ਇਹ ਨਹੀਂ ਹੋਊਗਾ ਅੱਜ ਤੋਂ ਬਾਅਦ ਡੀਜੇ ਤੇ ਲੱਚਰ ਗਾਣੇ ਨਹੀਂ ਚੱਲਣਗੇ ਅੱਜ ਤੋਂ ਬਾਅਦ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਨਹੀਂ ਚੱਲਣਗੇ ਪਰ ਹੁੰਦਾ ਇਹਦੇ ਉਲਟਾ ਹਮੇਸ਼ਾ ਪਰ ਵਾਕਈ ਇਹਦਾ ਪ੍ਰਭਾਵ ਪੈ ਸਕਦਾ ਕਿਉਂਕਿ ਫਿਲਮਾਂ ਦੇ ਵਿੱਚ ਵੀ ਆ ਸਾਰੀਆਂ ਚੀਜ਼ਾਂ ਹੁੰਦੀਆਂ ਫਿਰ ਫਿਲਮਾਂ ਦੀ ਸੈਂਸਰਸ਼ਿਪ ਦਾ ਵੀ ਇਸ਼ੂ ਹੋਊਗਾ ਬਿਲਕੁਲ ਜਾਂ ਤਾਂ ਸੈਂਸਰ ਬੋਰਡ ਹੈ ਤੁਹਾਡੇ ਉਹੀ ਇਸ ਚੀਜ਼ ਨੂੰ ਪ੍ਰਮੋਟ ਕਰਨ ਤੋਂ ਰੋਕਣ ਜਦੋਂ ਇੱਕ ਸੈਂਸਰ ਬੋਰਡ ਉਸ ਚੀਜ਼ ਨੂੰ ਪਾਸ ਕਰ ਦਿੰਦਾ ਲੋਕ ਦੇਖਣਗੇ ਇਹਦੇ ਇਲਾਵਾ ਲੋਕਾਂ ਕੋਲ ਹੋਰ ਵੀ ਪਲੇਟਫਾਰਮ ਬਹੁਤ ਹੈ OTT ਤੇ ਕੋਈ ਸੈਂਸਰ ਬੋਰਡ ਨਹੀਂ ਹੈ ਤੁਹਾਡੇ ਕੋਲ OTT ਤੇ ਕੋਈ ਵੀ ਕੰਟੈਂਟ ਚੱਲਦਾ ਚਾਹੇ ਲੱਚਰ ਹੋਵੇ ਚਾਹੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਾ ਹੋਵੇ ਜਾਂ ਹੋਰ ਹੋਵੇ ਸੇਮ ਗੋਜ਼ ਵਿਦ ਸੋਸ਼ਲ ਮੀਡੀਆ ਜੀ ਬਿਲਕੁਲ ਸੋਸ਼ਲ ਮੀਡੀਆ ਤੇ ਵੀ ਹੁੰਦਾ ਔਰ ਕਈ ਗਾਇਕ ਤਾਂ ਮੈਂ ਕਹਿੰਦੇ ਸੁਣਿਆ ਹੈ ਕਿ ਜੀ ਅਸੀਂ ਤਾਂ ਆਪਦੇ YouTube ਪੇਜ ਤੇ ਅਪਲੋਡ ਕਰਦੇ ਆ ਜਿਹੜਾ ਸਾਨੂੰ ਸਰਚ ਕਰਕੇ ਲੋਕ ਦੇਖਦੇ ਆ ਜਿਨੇ ਨਹੀਂ ਦੇਖਣਾ ਉਹ ਨਾ ਦੇਖੇ ਉਹ ਗੀਤ ਆਪਣੇ ਪਬਲਿਕ ਡੋਮੇਨ ਤੇ ਪਾਉਂਦੇ ਆ ਤੇ ਜਿਨੇ ਦੇਖਣਾ ਜਾ ਕੇ ਦੇਖੇ ਜਿਨੇ ਨਹੀਂ ਦੇਖਣਾ ਉਹ ਨਾ ਦੇਖੇ ਮਤਲਬ ਤੁਹਾਡੇ ਹਿਸਾਬ ਨਾਲ ਇਹ ਕੋਈ ਬਹੁਤ ਵੱਡਾ ਉਪਰਾਲਾ ਨਹੀਂ ਹੋਣਾ ਐ ਐਲਾਨ ਕਰਨਾ ਨਹੀਂ ਐਲਾਨ ਕਰਨਾ ਠੀਕ ਹੈ ਐਲਾਨ ਕਰਨ ਤੱਕ ਠੀਕ ਹੈ ਉਸ ਤੋਂ ਬਾਅਦ ਕੀ ਐਲਾਨ ਕਰਨ ਤੋਂ ਬਾਅਦ ਜ਼ਮੀਨੀ ਪੱਧਰ ਤੇ ਲਾਗੂ ਹੁੰਦਾ ਹੈ ਐਗਜ਼ੀਕਿਊਸ਼ਨ ਐਗਜ਼ੀਕਿਊਸ਼ਨ ਹੁੰਦੀ ਹੈ ਸਿਰਫ ਪੰਜਾਬ ਹੀ ਨਹੀਂ ਹੋਰ ਸੂਬਿਆਂ 'ਚ ਵੀ ਇਹੋ ਜਿਹੇ ਨੋਟੀਫਿਕੇਸ਼ਨ ਜਾਰੀ ਹੁੰਦੇ ਆ ਜਿਦੇ 'ਚ ਕਹਿੰਦੇ ਕਿਹਾ ਜਾਂਦਾ ਹੈ ਕਿ ਜਿਹੜਾ ਦਫ਼ਤਰੀ ਕਾਮਕਾਰ ਹੈ ਉਹ ਸੂਬੇ ਦੀ ਪਹਿਲੀ ਭਾਸ਼ਾ 'ਚ ਹੋਵੇ ਸੂਬੇ ਦੀ ਪਹਿਲੀ ਭਾਸ਼ਾ ਚਾਹੇ ਪੰਜਾਬੀ ਹੋਵੇ ਚਾਹੇ ਹਿੰਦੀ ਹੋਵੇ ਪਰ ਹੁੰਦਾ ਕੀ ਹੈ ਇਹਦੇ ਉਲਟ ਕਿ ਉਹ ਮੈਕਸਿਮਮ ਕੰਮ ਉਹ ਅੰਗਰੇਜ਼ੀ ਚ ਹੁੰਦਾ ਤੇ ਉਹ ਇਨਸਟਰਕਸ਼ਨ ਜਿਹੜੀ ਹੈੱਡ ਆਫਿਸ ਤੋਂ ਆਉਂਦੀ ਹੈ ਉਹ ਲੋਕਾਂ ਤੱਕ ਆਉਂਦੇ ਆਉਂਦੇ ਕੁਝ ਹੋਰ ਹੀ ਬਣ ਜਾਂਦੀ ਹੈ ਉਹ ਮੈਸੇਜ ਲੋਕਾਂ ਤੱਕ ਕਲੀਅਰ ਨਹੀਂ ਪਹੁੰਚ ਪਾਉਂਦਾ ਤੇ ਮੈਨੂੰ ਲੱਗਦਾ ਹੈ ਕਿ ਇਹਨੂੰ ਹੋਰ ਵੀ ਆਸਾਨ ਕੀਤਾ ਜਾਣਾ ਚਾਹੀਦਾ ਇਹੋ ਜਿਹੇ ਨੋਟੀਫਿਕੇਸ਼ਨ ਜਿਹੜੇ ਆਉਂਦੇ ਆ ਉਹਦੇ ਵਿੱਚ ਹੁਣ ਇਹ ਚਾਹੀਦਾ ਹੈ ਕਿ ਜਿਹੜੀ ਵੀ ਇਨਸਟਰਕਸ਼ਨ ਆਉਂਦੀ ਹੈ ਉਹਨੂੰ ਆਸਾਨ ਭਾਸ਼ਾ ਦੇ ਵਿੱਚ ਲੋਕਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਕਿਉਂਕਿ ਹੈੱਡ ਆਫਿਸ ਦੇ ਵਿੱਚ ਬੈਠੇ ਜਿਹੜੇ ਅਫਸਰ ਹੈ ਉਹਨਾਂ ਨੇ ਤਾਂ ਆਪ ਦਾ ਇੱਕ ਡਰਾਫਟ ਲਿਖ ਕੇ ਉਪੇਸ਼ ਕਰ ਦੇਣਾ ਲੋਕਾਂ ਤੱਕ ਤੇ ਲੋਕ ਉਹਨੂੰ ਕਿਵੇਂ ਲੈਂ ਜਿਹੜੇ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਅਧਿਕਾਰੀ ਆ ਜਾਂ ਕਰਮਚਾਰੀ ਆ ਉਹਨਾਂ ਤੱਕ ਉਹ ਮੈਸੇਜ ਠੀਕ ਪਹੁੰਚਦਾ ਕਿ ਨਹੀਂ ਪਹੁੰਚਦਾ ਇਸ ਤਰ੍ਹਾਂ ਦੇ ਵੀ ਕਈ ਮਸਲੇ ਜਿਹੜੇ ਪੈਂਡਿੰਗ ਐ ਸਰ ਭਾਸ਼ਾ ਦੀ ਗੱਲ ਤੁਸੀਂ ਕਰ ਰਹੇ ਹੋ ਵੈਸੇ ਇਹ ਵਿਸ਼ੇ ਦਾ ਮੁੱਦਾ ਨਹੀਂ ਸੀਗਾ ਅੱਜ ਪਰ ਭਾਸ਼ਾ ਦੀ ਗੱਲ ਅਸੀਂ ਪਹਿਲਾਂ ਵੀ ਕਰ ਰਹੇ ਸੀਗੇ ਕਿ ਜਿਹੜੇ ਲੋਕ ਕਹਿੰਦੇ ਨੇ ਵੀ ਪੰਜਾਬ ਦੀ ਜਿਹੜੀ ਭਾਸ਼ਾ ਹੈ ਪੰਜਾਬ ਦਾ ਕਲਚਰ ਹੈ ਲੁਪਤ ਹੋਦਾ ਜਾ ਰਿਹਾ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਪੰਜਾਬ ਦੀ ਭਾਸ਼ਾ ਨਹੀਂ ਲੁਪਤ ਹੋ ਰਹੀ ਪੰਜਾਬ ਦਾ ਕਲਚਰ ਵੀ ਨਹੀਂ ਲੁਪਤ ਹੋ ਰਿਹਾ ਹੁੰਦਾ ਇਹ ਹੈ ਕਿ ਪੰਜਾਬ ਦੇ ਡਾਇਲੈਕਟਾਂ ਪੰਜਾਬ ਦੇ ਜਿਵੇਂ ਮਲਵਈ ਹੈ ਮਾਝੀ ਹੈ ਦੁਆਬੀ ਹੈ ਇਸ ਤਰ੍ਹਾਂ ਪਵਾਦੀ ਵੀ ਹੈ ਇੱਕ ਤੇ ਪਵਾਦੀ ਨੂੰ ਹੁਣ ਤੱਕ ਬਹੁਤ ਲੋਕੀ ਜਾਣਦੇ ਨਹੀਂ ਸੀ ਕਿਉਂਕਿ ਚੰਡੀਗੜ੍ਹ ਪਵਾਦੀ ਹਿੱਕ ਤੇ ਬਣਿਆ ਹੋਇਆ ਹੈ ਚੰਡੀਗੜ੍ਹ ਜਿਹੜੀ ਜਗ੍ਹਾ ਤੇ ਬਣਿਆ ਉਹ ਪਵਾਦ ਦਾ ਗੜ੍ਹ ਸੀ ਤੇ ਉੱਥੋਂ ਦੇ ਜਿਹੜੇ 27 ਪਿੰਡ ਦੀ ਗੱਲ ਪਿੰਡਾਂ ਦੀ ਗੱਲ ਹੁੰਦੀ ਹੈ ਉਹਨਾਂ 27 ਪਿੰਡਾਂ ਦੇ ਵਿੱਚ ਪਵਾਦੀ ਬੋਲੀ ਜਾਂਦੀ ਸੀ ਨਵਾਂ ਸ਼ਹਿਰ ਤੋਂ ਲੈ ਕੇ ਅੰਬਾਲਾ ਤੱਕ ਯਮਨਾਨਗਰ ਤੱਕ ਪਵਾਦੀ ਬੋਲੀ ਜਾਂਦੀ ਹੈ ਤੇ ਉਹ ਪਵਾਦੀ ਡਾਇਲੈਕਟ ਹੈ ਜਿਹੜਾ ਉਹ ਕਿਤੇ ਕਿਤਾਬਾਂ 'ਚ ਨਹੀਂ ਸੀ ਹਾਲਾਂਕਿ ਹੁਣ ਪਵਦੀ ਲੋਕ ਆ ਜਿਹੜੇ ਇੱਥੋਂ ਦੇ ਉੱਠਣ ਲੱਗੇ ਆ ਮੋਹਣੀ ਤੂਰ ਜੀ ਆ ਜਿਨ੍ਹਾਂ ਦਾ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਨੇ ਇੰਟਰਨੈਸ਼ਨਲ ਪਵਦੀ ਮੰਚ ਬਣਾਇਆ ਕਈ ਲੋਕ ਜਿਹੜੇ ਇੱਥੋਂ ਆਪਣੇ ਪਿੰਡ ਛੱਡ ਕੇ ਵਿਦੇਸ਼ਾਂ ਚ ਵੱਸ ਗਏ ਸੀ ਉਹ ਵੀ ਵਾਪਸ ਆਏ ਆਪਣੀ ਬੋਲੀ ਨੂੰ ਪਿਆਰ ਕਰਦੇ ਆ ਉਹ ਲੋਕ ਤੇ ਇਹਦੇ ਬਾਰੇ ਗੱਲਬਾਤ ਵੀ ਹੋ ਰਹੀ ਆ ਹੁਣ ਚਰਚਾ ਵੀ ਹੋ ਰਹੀ ਆ ਤੇ ਇਵਨ ਹੁਣ ਕਮਰਸ਼ੀਅਲ ਗੀਤ ਵੀ ਇਹਦੇ ਵਿੱਚ ਆਉਣ ਲੱਗ ਪਏ ਇਸ ਦੇ ਨਾਲ ਹੀ ਮੈਂ ਪੜ੍ਹ ਰਹੀ ਸੀਗੀ ਕਿ ਕਾਫੀ ਵਿਆਵਾਂ ਦੇ ਕਾਰਡ ਵੀ ਉਸ ਪਾਰਟਿਕੂਲਰ ਜਗ੍ਹਾ ਤੋਂ ਪਵਦੀ ਲੈਂਗੁਏਜ ਦੇ ਵਿੱਚ ਲਿਖੇ ਜਾ ਰਹੇ ਬਿਲਕੁਲ ਬਿਲਕੁਲ ਜੀ ਪਵਦੀ ਲੈਂਗੁਏਜ ਲਿਖੇ ਜਾ ਰਹੇ ਨੇ ਜਿਹਦੇ ਵਿੱਚ ਮਾਰੇ ਘਰਾ ਜੀ ਮਾਰੇ ਘਰਾਵਾਂ ਇਹ ਹੋਵਾ ਹਨ ਇਸ ਤਰ੍ਹਾਂ ਦੀ ਬੋਲੀ ਯੂਜ਼ ਕੀਤੀ ਜਾਂਦੀ ਆ ਤੇ ਖਰੜ ਜਿਵੇਂ ਆਪਾਂ ਬੋਲਦੇ ਆ ਨਾ ਖਰੜ ਬੋਲਦੇ ਆ ਤਾਂ ਖਰੜ ਨੂੰ ਖੈੜ ਕਿਹਾ ਜਾਂਦਾ ਜੀ ਕਈ ਸ਼ਬਦ ਆ ਜਿਹੜੇ ਅਲੱਗ ਤਰੀਕੇ ਨਾਲ ਵਰਤੇ ਜਾਂਦੇ ਆ ਪਵਦੀ ਡਾਇਲੈਕਟ ਦੇ ਵਿੱਚ ਤੇ ਇੱਥੇ ਆਸਾ ਰਾਮ ਜੀ ਦੇ ਅਖਾੜੇ ਬਹੁਤ ਮਸ਼ਹੂਰ ਹੋਏ ਤੇ ਉਹਨਾਂ ਦੀ ਸਮਾਦ ਅਜੇ ਵੀ ਆ ਸੁਹਾਣਾ ਸਾਹਿਬ ਚੰਡੀਗੜ੍ਹ ਦੇ ਨੇੜੇ ਪੈਂਦਾ ਇੱਕ ਪਿੰਡ ਸੋਹਾਣਾ ਤੇ ਉਸ ਜਗ੍ਹਾ ਤੇ ਉਹਨਾਂ ਦੀ ਸਮਾਦ ਬਣੀ ਹੋਈ ਹੈ ਤੇ ਬਹੁਤ ਰਿਸਪੈਕਟਿਵ ਉਹਨਾਂ ਨੂੰ ਮੰਨਿਆ ਜਾਂਦਾ ਹੈ ਪਵਾਦੇ ਇਲਾਕੇ ਵਿੱਚ ਇਸ ਤੋਂ ਇਲਾਵਾ ਸਰ ਬਿਜਲੀ ਦੇ ਮੁੱਦੇ ਤੇ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਵੀ ਗੱਲ ਕਰ ਰਹੇ ਸੀ ਕਿ ਕਿੰਨਾ ਕੁ ਵੱਡਾ ਮੁੱਦਾ ਹੈਗਾ ਜੀ ਸੈਂਟਰ ਦੇ ਪੰਜਾਬ ਦੇ ਵਿੱਚ ਪਾਵਰ ਮੀਟਰਸ ਪ੍ਰੀपेड ਮੀਟਰਸ ਨੂੰ ਲੈ ਕੇ ਫ੍ਰਿਕਸ਼ਨ ਵਾਧਦਾ ਜਾ ਰਿਹਾ ਬਿਲਕੁਲ ਪਹਿਲਾਂ ਵੀ ਆਪਾਂ ਇਹਦੇ ਤੇ ਗੱਲ ਕੀਤੀ ਸੀ ਕਿ ਪ੍ਰੀपेड ਮੀਟਰਸ ਆ ਜਿਹੜੇ ਉਹ ਪੂਰੇ ਦੇਸ਼ 'ਚ ਲਗਾਏ ਜਾ ਰਹੇ ਆ ਉਹ ਸਿਰਫ ਪੰਜਾਬ ਦੇ ਵਿੱਚ ਨਹੀਂ ਲਗਾਏ ਜਾ ਰਹੇ ਹੁੰਦਾ ਇਹ ਹੈ ਕਿ ਵਿਰੋਧੀ ਧਿਰਾਂ ਜਾਂ ਸਰਕਾਰ ਆਪਣੇ ਮੁਨਾਫੇ ਦੇ ਲਈ ਆਪਣੇ ਫਾਇਦੇ ਦੇ ਲਈ ਅਫਵਾਹਾਂ ਫੈਲਾਉਂਦੀ ਹੈ ਤੇ ਉਹ ਅਫਵਾਹਾਂ ਲੋਕਾਂ ਨੂੰ ਭਾਰੀ ਪੈਂਦੀਆਂ ਹੁਣ ਪ੍ਰੀਪੇਡ ਮੀਟਰ ਵਾਲੀ ਜਿਹੜੀ ਗੱਲ ਹੈ ਉਹ ਸਾਰੇ ਦੇਸ਼ ਚ ਲੱਗ ਰਹੇ ਆ 스마트 ਮੀਟਰ ਹੈ ਉਹ ਲੱਗਦੇ ਆ ਸਾਰੀ ਪ੍ਰੀਪੇਡ ਨਹੀਂ ਹੋਣੇ ਕਿਉਂਕਿ ਹਜੇ ਪੰਜਾਬ ਦੇ ਵਿੱਚ ਉਹ ਮੈਕੈਨਿਜ਼ਮ ਹੀ ਤਿਆਰ ਨਹੀਂ ਹੈ ਪ੍ਰੀਪੇਡ ਮੀਟਰ ਲੱਗਣਗੇ ਸਮਾਰਟ ਮੀਟਰ ਲੱਗਣਗੇ ਉਹਨਾਂ ਵਿੱਚ ਪ੍ਰੀਪੇਡ ਦੀ ਇੱਕ ਸੁਵਿਧਾ ਹੋਊਗੀ ਜਿਨੇ ਪ੍ਰੀਪੇਡ ਲੈਣਾ ਹੈ ਉਹ ਪ੍ਰੀਪੇਡ ਲੈ ਸਕਦਾ ਜਿਨੇ ਪੋਸਟਪੇਡ ਲੈਣਾ ਉਹ ਪੋਸਟਪੇਡ ਲੈ ਸਕਦਾ ਜਿਵੇਂ ਅਸੀਂ ਫੋਨ ਤੇ ਆਪਣੇ ਯੂਜ਼ ਕਰਦੇ ਹਾਂ ਫੋਨ ਦੇ ਵਿੱਚ ਵੀ ਸਾਡੇ ਕੋਲ ਦੋ ਆਪਸ਼ਨ ਹੁੰਦੇ ਆ ਕਿ ਇੱਕ ਤਾਂ ਪ੍ਰੀਪੇਡ ਇੱਕ ਹੁੰਦਾ ਪੋਸਟਪੇਡ ਕਿ ਤੁਸੀਂ ਇੱਕ ਮਹੀਨਾ ਵਰਤੋਗੇ ਤੇ ਫਿਰ ਜੋ ਬਿੱਲ ਆਊਗਾ ਤੁਸੀਂ ਪੇ ਕਰ ਦੋਗੇ ਤੇ ਇੱਕ ਹੋ ਗਿਆ ਕਿ ਤੁਸੀਂ ਰੀਚਾਰਜ ਕਰਵਾਓਗੇ 500 ਰੁਪਏ ਜਿੰਨਾ ਟਾਈਮ ਤੁਸੀਂ ਵਰਤ ਸਕਦੇ ਹੋ ਵਰਤੋਗੇ ਤੇ ਇਸੇ ਤਰੀਕੇ ਨਾਲ ਉਹ ਪ੍ਰੀਪੇਡ ਮੀਟਰਸ ਹੋਣਗੇ ਉਹ 스마트 ਮੀਟਰਸ ਹਨ ਜਿਨ੍ਹਾਂ ਦੇ ਵਿੱਚ ਪ੍ਰੀ-पेड ਸੁਵਿਧਾ ਉਪਲਬਧ ਹੈ ਤੇ ਜਿਹੜਾ ਲੋਕਾਂ ਵੱਲੋਂ ਉਹਨਾਂ ਮੀਟਰਾਂ ਦਾ ਵਿਰੋਧ ਕੀਤਾ ਜਾਂਦਾ ਮੈਨੂੰ ਲੱਗਦਾ ਉਹਨਾਂ ਨੂੰ ਹਜੇ ਕੁਝ ਪੜਨ ਦੀ ਜ਼ਰੂਰਤ ਹੈ ਉਹਦੇ ਬਾਰੇ ਪੜਿਆ ਜਾਵੇ ਉਹਦੇ ਬਾਰੇ ਦੇਖਿਆ ਜਾਵੇ ਜਾਣਿਆ ਜਾਵੇ ਕਿ ਉਹ ਹੈ ਕੀ ਚੀਜ਼ ਜੇ ਪ੍ਰੀ-पेड ਮੀਟਰਸ ਹੈ ਜਾਂ 스마트 ਮੀਟਰਸ ਹੈ ਉਹ ਲੱਗਣ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਧੰਨਵਾਦ ਸਰ ਹੁਣ ਦੇਖਦੇ ਹਾਂ ਵਾਦਦੇ ਹਨ ਨੈਕਸਟ ਸੈਗਮੈਂਟ ਵੱਲ ਦੇਖਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਕੀ ਨੇ ਜੀ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਆਪ ਚ ਸ਼ਾਮਲ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਪੰਜਾਬ ਸਰਕਾਰ ਨੇ ਸੂਬੇ ਦੇ ਸਿੱਖਿਆ ਮੰਤਰੀ ਦੀ ਰਿਹਾਈਸ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਖਿਲਾਫ ਜਾਂਚ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਨੇ ਐਤਵਾਰ ਨੂੰ ਬਰਨਾਲਾ ਵਿੱਚ ਰਾਜ ਦੇ ਸਿੱਖਿਆ ਮੰਤਰੀ ਦੀ ਰਿਹਾਈਸ਼ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਵਿਰੁੱਧ ਜਾਂਚ ਦੇ ਹੁਕਮ ਦਿੱਤੇ ਹਨ। एलिमेंटरी टीचर्स ट्रेनिंग ਮੁਲਾਜ਼ਮਾ ਨੇ ਡਿਪਟੀਸ਼ਨਾਂ ਨੂੰ ਰੱਦ ਕਰਨ ਅਤੇ ਉਹਨਾਂ ਦੀ ਤਾਇਨਾਤੀ ਵਾਲੇ ਸਥਾਨਾ ਤੇ ਪੇ ਜੰਡੀ ਮੰਗ ਲਈ ਤਰਨਾ ਦਿੱਤਾ। ਪੰਜਾਬ 'ਚ ਜੰਗਲ ਰਾਜ ਸਿੱਧੂ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੀ ਆਪ ਸਰਕਾਰ ਤੇ ਹਮਲਾ ਬੋਲਿਆ। ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਦੀ ਸੱਤਾਧਾਰੀ ਆਪ ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਕਿਹਾ ਕਿ ਸੂਬਾ ਅਰਾਜਕਤਾ ਦੇ ਦੌਰ 'ਚ ਹੈ। ਜਿੱਥੇ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਅਮਨ ਕਾਨੂੰਨ ਲਈ ਡਰ ਮੌਜੂਦਾ ਸਰਕਾਰ ਦੇ ਅਧੀਨ ਪੰਜਾਬ ਵਿੱਚ ਜੰਗਲ ਰਾਜ ਹੈ ਮੈਂ ਪੰਜਾਬ ਵਿੱਚ ਅਜਿਹੀ ਅਰਾਜਕਤਾ ਕਦੇ ਨਹੀਂ ਦੇਖੀ ਕਾਨੂੰਨ ਵਿਵਸਥਾ ਦਾ ਕਿਸੇ ਨੂੰ ਡਰ ਨਹੀਂ ਹੈ ਇਹ ਜੰਗਲ ਰਾਜ ਹੈ ਦਿਨ ਦਿਹਾੜੇ ਸ਼ਰੀਆਮ ਕਤਲ ਕੀਤੇ ਜਾ ਰਹੇ ਹਨ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਪੰਜਾਬ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਅਤੇ ਸ਼ਾਂਤੀ ਤੋਂ ਇਲਾਵਾ ਹੋਰ ਕੋਈ ਤਰਜੀਹ ਨਹੀਂ ਹੋਣੀ ਚਾਹੀਦੀ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਸੋਨੀਆ ਗਾਂਧੀ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਮਿਲਣਗੇ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਫੈਸਲਾ ਇਸ ਹਫਤੇ ਆਉਣ ਦੀ ਉਮੀਦ ਸੀ ਨਵੀਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਐਲਾਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਅੰਦਰ ਵੱਖ-ਵੱਖ ਦਬਾਅ ਸਮੂਹਾਂ ਦੇ ਸਰ ਗਰਮ ਹੋਣ ਦੇ ਨਾਲ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਮੰਗਲਵਾਰ ਨੂੰ ਸੰਸਦ ਮੈਂਬਰਾਂ ਦੀ ਸਰਬ ਪਾਰਟੀ ਮੀਟਿੰਗ ਤੋਂ ਇਲਾਵਾ ਪੰਜਾਬ ਦੇ ਪਾਰਟੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰੇਗੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਅਹੁਦੇ ਲਈ ਰਵਨੀਤ ਮਿੱਤੂ, ਸੁਖਿੰਦਰ ਰੰਧਾਵਾ ਅਤੇ ਅਮਰਿੰਦਰ ਰਾਜਾ ਵੜਿੰਗ ਦੇ ਨਾਂ ਚਰਚਾ ਵਿੱਚ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿੱਤੂ ਦੀ ਮੁਲਾਕਾਤ ਨੇ ਉਨ੍ਹਾਂ ਦੇ ਆਲੋਚਕਾਂ ਦਾ ਧਿਆਨ ਖਿੱਚਿਆ ਹੈ। ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਫੈਸਲਾ ਇਸ ਹਫਤੇ ਆਉਣ ਦੀ ਉਮੀਦ ਸੀ। ਪਿਛਲੇ ਕੁਝ ਦਿਨਾ ਤੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਾਰਟੀ ਆਗੂਆਂ ਨਾਲ ਮੀਟਿੰਗ ਕਰ ਰਹੇ ਹਨ ਉਹ ਕਾਂਗਰਸੀ ਵਰਕਰਾਂ ਤੇ ਹਮਲਿਆਂ ਦਾ ਮੁੱਦਾ ਵੀ ਉਠਾਉਂਦੇ ਰਹੇ ਹਨ ਸੋ ਇਹ ਤੇ ਸਨ ਅੱਜ ਦੀਆਂ ਮੁੱਖ ਖਬਰਾਂ ਸਰ ਅੱਜ ਦੀ ਸਰਕਾਰੀ ਖਬਰ ਕੀ ਕਹਿੰਦੀ ਹੈ ਜੀ ਬਿਲਕੁਲ ਅੱਜ ਦੀ ਸਰਕਾਰੀ ਖਬਰ ਦੱਸਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਵਿੱਚ ਖਾਸ ਕਰਕੇ ਪਿੰਡਾਂ ਵਿੱਚ ਜਾ ਕੇ ਨਿਰੰਤਰ ਜਨਤਕ ਮਿਲਣੀਆਂ ਕਰਨ ਦੇ ਹੁਕਮ ਦਿੱਤੇ ਆ ਕਿਹਾ ਕਿ ਇਸ ਨਾਲ ਲੋਕਾਂ ਦੀ ਤਸੱਲੀ ਮੁਤਾਬਕ ਉਹਨਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਸੁਲਜਾਉਣਾ ਯਕੀਨੀ ਬਣਾਇਆ ਜਾ ਸਕੇਗਾ ਅੱਜ ਸਵੇਰੇ ਇੱਥੇ ਪੰਜਾਬ ਭਵਨ ਵਿਖੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਭਗਵੰਤ ਮਾਨ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਪਿੰਡਾਂ ਵਿੱਚ ਜਾਂ ਕਸਬਿਆਂ ਵਿੱਚ ਜਾ ਕੇ ਅਧਿਕਾਰੀਆਂ ਦੀ ਟੀਮ ਨਾਲ ਵਿਸ਼ੇਸ਼ ਕੈਂਪ ਲਾਉਣ ਲਈ ਆਖਿਆ ਤਾਂ ਕਿ ਆਮ ਲੋਕਾਂ ਦੇ ਬਕਾਇਆ ਮਸਲੇ ਜਾਂ ਦਰਪੇਸ਼ ਸਮੱਸਿਆਵਾਂ ਦਾ ਮੌਕੇ ਉੱਤੇ ਹੀ ਹੱਲ ਕੀਤਾ ਜਾ ਸਕੇ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਅੱਖਾਂ ਤੇ ਕੰਨ ਦੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਤੁਸੀਂ ਸਰਕਾਰ ਦਾ ਅਸਲ ਚਿਹਰਾ ਹੋ ਕਿਉਂਕਿ ਸਾਡੇ ਨਾਲੋਂ ਤੁਹਾਡਾ ਆਮ ਲੋਕਾਂ ਨਾਲ ਸਿੱਧਾ ਵਾਹ ਪੈਂਦਾ ਹੈ ਕਿਉਂ ਜੋ ਲੋਕ ਤੁਹਾਡੇ ਉੱਪਰ ਬਹੁਤ ਜ਼ਿਆਦਾ ਭਰੋਸਾ ਤੇ ਵਿਸ਼ਵਾਸ ਕਰਦੇ ਹਨ ਉਹਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਸਾਂਝ ਕੇਂਦਰ ਦੀ ਅਚਨਚੇਤ ਜਾਂਚ ਕਰਨ ਲਈ ਆਖਿਆ ਇਹਨਾਂ ਕੇਂਦਰਾਂ ਨੂੰ ਪ੍ਰਮੁੱਖ ਤੌਰ ਤੇ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ ਉਹਨਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਸੰਚਾਰੂ ਢੰਗ ਨਾਲ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਜੀ ਹੁਣ ਇਸ ਸਰਕਾਰੀ ਖਬਰ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਸਾਰੇ ਡੀਸੀਜ਼ ਨੂੰ ਕਿਹਾ ਕਿ ਤੁਸੀਂ ਜਾ ਕੇ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੋ ਜਨਤਕ ਮਿਲਣੀਆਂ ਕਰੋ ਤੇ ਉਹੀ ਜ਼ਿਆਦਾ کارਗਰ ਵੀ ਸਾਬਤ ਹੋਊਗਾ ਤੇ ਜ਼ਰੂਰੀ ਵੀ ਹੈ ਤਾਂ ਕਿ ਲੋਕ ਸਿੱਧੇ ਸਿੱਧੇ ਤੁਹਾਨੂੰ ਆਪਣੀਆਂ ਸਮੱਸਿਆਵਾਂ ਦੱਸ ਸਕਣ ਤੇ ਹੱਲ ਵੀ ਉਹਨਾਂ ਨੇ ਕਰਨੀਆਂ ਸਰਕਾਰ ਨੂੰ ਰਿਪਰੈਜ਼ੈਂਟ ਕਰਦੇ ਆ ਉਹਦੇ ਅਫਸਰ ਤੇ ਅਫਸਰशाही ਤੇ ਅੱਜ ਵੀ ਲੋਕਾਂ ਦਾ ਭਰੋਸਾ ਬਣਿਆ ਹੋਇਆ ਲੋਕ ਅਫਸਰਾਂ ਤੇ ਭਰੋਸਾ ਕਰਦੇ ਆ ਉਹਨਾਂ ਨੂੰ ਜਾ ਕੇ ਸਮੱਸਿਆ ਦੱਸਦੇ ਆ ਇਸੇ ਉਮੀਦ 'ਚ ਕਿ ਉਹ ਸਮੱਸਿਆ ਜਲਦ ਹੱਲ ਹੋਊਗੀ ਤੇ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਸਾਹਿਬ ਦਾ ਇਹ ਕੰਮ ਸ਼ਲਾਘਾਯੋਗ ਹੈ ਤੇ ਨਵੀਂ ਸਰਕਾਰ ਦੇ ਵਿੱਚ ਜਿੰਨੇ ਵੀ ਅਫਸਰ ਹੈ ਉਹਨਾਂ ਨੂੰ ਵੀ ਇੱਕ ਪੋਜ਼ਿਟਿਵ ਤਰੀਕੇ ਨਾਲ ਇੱਕ ਪੋਜ਼ਿਟਿਵ એનર્ਜੀ ਦੇ ਨਾਲ ਇਸ ਕੰਮ ਨੂੰ ਅੱਗੇ ਤੋਰਨਾ ਚਾਹੀਦਾ ਹੈ। ਧੰਨਵਾਦ ਸਰ। ਕਾਫੀ ਥੋੜਾ ਥੋੜਾ ਕਰਕੇ ਕਾਫੀ ਮੁੱਦਿਆਂ ਤੇ ਗੱਲ ਕਰ ਲਈ ਆਪਾਂ ਅੱਜ। ਜੀ। ਅੱਜ ਦੇ ਐਪੀਸੋਡ ਦਾ ਕੰਕਲੂਜਨ। ਖਬਰਾਂ ਵਿੱਚੋਂ ਖਬਰ ਸੁਣੀ ਦੀ, ਖਬਰ ਦੇ ਵਿੱਚ ਸੰਚਾਰ ਅਫਸਰਾਂ ਰਾਹੀਂ ਪਹੁੰਚਦੀ ਹੈ ਲੋਕਾਂ ਤੱਕ ਸਰਕਾਰ। ਗੀਤ ਨਹੀਂ ਉਹ ਚੱਲਣ ਦੇਣੇ ਜਿਨ੍ਹਾਂ ਵਿੱਚ ਹਥਿਆਰ। ਹੁਣ ਸਾਨੂੰ ਵੀ ਬਣਨਾ ਪੈਣਾ ਆਪਣੇ ਜ਼ਿੰਮੇਵਾਰ। ਹੁਣ ਸਾਨੂੰ ਵੀ ਬਣਨਾ ਪੈਣਾ ਹੈ ਆਪਣੇ ਜ਼ਿੰਮੇਵਾਰ ਜੀ ਬਿਲਕੁਲ ਸਰ ਜੀ ਸੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਨਵੇਂ ਮੁੱਦਿਆਂ ਦੇ ਨਾਲ ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਸ਼ਕਾਰ ਅੱਛਾ ਸਸ਼ਕਾਰ